ਪੁੱਤ ਕਾਨੂੰ ਕੋ ਲੱਗ ਗਿਆ ਮੀ ਜਿਉਂਦਾ ਰਹਿ ਪੁੱਤ ਕਦੇ ਰੱਬ ਪਟਵਾਰੀ ਵੀ ਲਾਉਂਦਾ। ਜਦੋਂ ਤੁਸੀਂ ਮੈਨੂੰ ਪਹਿਲੀ ਵਾਰੀ ਉੱਥੇ ਬਾਜ਼ਾਰ ਦੇਖਣ ਆਏ ਸੀ ਤੁਸੀਂ ਮੈਨੂੰ ਚੰਗੇ ਬਹੁਤ ਲੱਗੇ ਸੀ। ਮੈਂ ਵੀ ਉਦਣੇ ਸੋਚ ਲਿਆ ਸੀ ਵੀ ਜਸਪਾਲ ਸਿੰਘ ਸਰਦਾਰਨੀ ਤਾਂ ਤੇਰੀ ਇਹੀ ਬਣੂਗੀ। ਇਸ਼ਕ ਜ ਤੈਨੂੰ ਰਿਸ਼ਤਾ ਮੈਂ ਹੀ ਕਰਾਉਂਗੀ ਤੇ ਕਰਾਉਂਗੀ ਵੀ ਆਪਦੇ ਪੇਕਿਆਂ ਤੋਂ। ਬੜੀ ਸੋਹਣੀ ਸੁਨੱਖੀ ਕੁੜੀ ਹੈ, ਉੱਚੀ ਲੰਮੀ ਪਰੀਆਂ ਵਰਗੀ। ਡੈਡੀ ਜੀ ਘਰ ਮੁੰਡੇ ਵਾਲੇ ਆ ਗਏ। ਮੁੰਡਾ ਕਾਨੂੰ ਕੋ ਲੱਗਾ ਹੋਇਆ, ਪਟਵਾਰੀ ਤੋਂ ਤਾਂ ਹੀ ਹੁੰਦਾ ਕਹਿੰਦੇ। ਉਹ ਪ੍ਰਾਪਰ ਕਿਹੜੇ ਹੁੰਦੇ ਆ ਜੀ, ਜਦੋਂ ਕੋਈ ਅੰਬਾਂ ਦੀ ਪੇਟੀ ਦੇ ਕੇ ਜਾਂਦਾ ਨਾ ਤਾਂ ਉਹ ਪਟਵਾਰੀ ਦੀ ਮਰਜ਼ੀ ਹੁੰਦੀ ਹੈ ਵੀ ਉਹਦੇ ਚੋਂ ਕਾਨੂੰ ਕੋ ਨੂੰ ਇੱਕ ਅੰਬ ਦੇਣਾ ਜਾਂ ਦੋ। ਨਾਲੇ ਕਾਨੂੰ ਕੋ ਨੂੰ ਤਾਂ ਕੋਲੇ ਖੜੇ ਨੂੰ ਕਹਿੰਦੇ ਵੀ ਤੂੰ ਇੱਥੇ ਅੰਬ ਲੈਣਾ। ਮੁੰਡਾ ਸਾਡਾ ਅਫਸਰ ਲੱਗਿਆ। ਲੈ ਆ ਕਾਨੂੰ ਕੋ ਨੂੰ ਅਫਸਰ ਦੱਸੀ ਜਾਂਦਾ। ਤੁਸੀਂ ਕਿਸੇ ਤਰ੍ਹਾਂ ਪਟਵਾਰੀ ਨਹੀਂ ਲੱਗ ਸਕਦੇ? ਇਹ ਕਾਕਾ ਜੀ ਮੁੰਡਾ ਕਾਨੂੰ ਕੋ ਲੱਗਿਆ। ਜੇ ਪਟਵਾਰੀ ਲੱਗਿਆ ਹੁੰਦਾ ਐ ਲੋਕਾਂ ਦੇ ਪੈਰਾਂ 'ਚ ਨਾ ਵੇਚਦਾ ਫਿਰਦਾ। ਉਹ ਫੋਟੋ ਖਿੱਚਣੀ ਗਵਾਂਢਣੇ ਤੇ ਜਨਾਬ ਕੋਈ ਖੰਗੂ ਰੱਖ ਘਰ ਨਹੀਂ ਮਾਰ ਕੇ ਆਈਦਾ ਹੁੰਦਾ, ਹੁਣ ਕੀ ਫਾਇਦਾ। ਗੁੱਡ ਮਾਰਨਿੰਗ ਬਈ, ਗੁੱਡ ਮਾਰਨਿੰਗ, ਗੁੱਡ ਮਾਰਨਿੰਗ। ਅੱਜ ਬੱਚੇ ਜਮਾ ਪੂਰੇ ਆਏ ਨੇ। ਦੁਨੀਆ ਦੇ ਤਾਂ ਪੂਰੇ ਹੀ ਆ ਜੀ, ਬਸ ਆਪਣੇ ਦੋ ਤਿੰਨ ਹੋਣ ਵਾਲੇ ਰਹਿੰਦੇ ਆ। ਹਾਂਜੀ ਤੁਸੀਂ ਵਿਆਹ ਨਹੀਂ ਦੇਖਿਆ? ਚਾਚੀ ਮੈਂ ਕਿੱਥੇ ਵਿਆਹ ਦੇਖੇ ਨੇ, ਜਦੋਂ ਬੇਬੇ ਬਾਪੂ ਦਾ ਵਿਆਹ ਹੋਇਆ ਨਾ ਮੈਨੂੰ ਲੱਗਦਾ ਮੇਰੇ 8ਵੀਂ ਦੇ ਇਮਤਿਹਾਨ ਚੱਲਦੇ ਸੀ। ਡੈਡੀ ਜੀ ਮੈਂ ਕਹਿੰਦਾ ਚਾਰ ਕਾਂਡਿਆਂ ਦੀ ਭੁਰਜੀ ਵੀ ਹੁਣ ਮੰਗਾਈ ਲਓ। ਜਮਾਟਰੀ ਕਿਵੇਂ ਚੱਲਦੀ ਆ? ਦਿਨੇ ਕਲਾਸ 'ਚ ਮੁਰਗੇ ਬਣਾ ਲਈਦੇ ਆ ਤੇ ਰਾਤ ਨੂੰ ਪਤੀਲੇ 'ਚ। ਪਟਵਾਰੀ ਤਾਂ ਮੱਝ ਦੇ ਥਾਪੀ ਮਾਰ ਦੇਣ, 2 ਕਿਲੋ ਦੁੱਧ ਤੇ 5 ਕਿਲੋ ਗੋਹਾ ਵੱਧ ਦਿੰਦੀ ਹੈ। ਵੀ ਰਸੂਲੀ ਬੰਦੇ ਆ, ਜਿਹੜਾ ਤਾਂ ਆਪਾਂ ਨੂੰ ਪਲਾ ਦੇ ਦੇਸੀ ਉਹ ਤਾਂ ਆਪਣਾ ਭਰਾ, ਤੇ ਜਿਹੜਾ ਪਲਾ ਦੇ ਬਿਸ਼ਕੀ ਉਹ ਸਮਝ ਲੈ ਫਿਰ ਆਪਣਾ ਪਿਓ।